ਬੋਲੇ ਜਸਵਿੰਦਰ ਸਿੰਘ ਸੈਕਟਰੀ ਸਾਹਿਬ ਅੰਦਰ ਬੋਲੇ ਸੋਨਿਆ ਬਹੁਤ ਵਧੀਆ ਹੋਇਆ ਜੀ। ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਆਪਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਸਾਰਿਆਂ ਨੂੰ ਸਮਤ ਦੇ ਕੇ ਇਸ ਪਾਸੇ ਲਿਆਂਦਾ। ਅਤੇ ਗਾਂਹ ਵੀ ਮੈਂ ਯਾਦ ਕਰਦੇ ਹਾਂ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਪ੍ਰੇਰਨਾ ਕਰਕੇ ਆਉਣ ਵਾਲੇ ਸਮੇਂ ਵਿੱਚ ਵੀ ਸਤਿਗੁਰੂ ਜੀ ਕਿਰਪਾ ਕਰਨ ਕਿ ਇਸੇ ਤਰ੍ਹਾਂ ਸੰਮਤੀਆਂ ਹੋਣ। ਅਤੇ ਗਾਂ ਹੁਣ ਜਿਹੜੇ ਕੰਮ ਜਿੱਦਾਂ ਹੁਣ ਹੋਣ ਵਾਲੇ ਗਾਂ ਫਿਰ ਉਹ ਸਰਪੰਚ ਸਾਹਿਬ ਕਹਿ ਰਹੇ ਪਹਿਲ ਦੇ ਆਧਾਰ 'ਤੇ ਜਿਹੜੇ ਇਹ ਕਰਵਾਏ ਜਾਣਗੇ ਪਿੰਡ ਦੇ ਵਿੱਚ ਕਿੱਦਾਂ ਦੇਖਦੇ ਹੋ? ਇਹ ਸੰਯੋਗ ਨਾਲ ਹੀ ਹੈ। ਕੋਈ ਸਰਕਾਰ ਦਾ ਸਹਿਯੋਗ ਚਾਹੀਦਾ, ਕੋਈ ਪਿੰਡ ਦਾ ਸਹਿਯੋਗ ਚਾਹੀਦਾ, ਕੋਈ ਮੈਂਬਰਾਂ ਦਾ ਸਹਿਯੋਗ ਚਾਹੀਦਾ। ਅਤੇ ਸੰਯੋਗ ਨਾਲ ਸਾਰੇ ਕੰਮ ਹੋ ਜਾਂਦੇ ਨੇ। ਅਤੇ ਸਤਿਗੁਰੂ ਜੀ ਕਿਰਪਾ ਕਰਨ ਸੰਯੋਗ ਇਸ ਤਰ੍ਹਾਂ ਸਰਕਾਰ ਵੱਲੋਂ ਵੀ ਕੁਛ ਮਿਲੇ, ਕੁਛ ਆਪਾਂ ਪਿੰਡ ਵੱਲ ਵੀ ਕਰਾਂਗੇ ਕੋਸ਼ਿਸ਼, ਜਿੱਥੇ ਵੀ ਕੋਈ ਕਮੀ ਪੇਸ਼ੀ ਹੋਏਗੀ ਉਹਨੂੰ ਦੂਰ ਦੀ ਕਰਨ ਦੀ ਕੋਸ਼ਿਸ਼ ਕਰਾਵਾਂਗੇ। ਸੋ ਸਾਰੇ ਮਿਲ ਕੇ ਕੰਮ ਕੀਤਾ ਜਾਏ ਤਾਂ ਪਿੰਡ ਦੇ ਅਧੂਰੇ ਕੰਮ ਨੇ ਜਿਹੜੇ ਪੂਰੇ ਹੋ ਸਕਦੇ। ਸਰਕਾਰ ਕਹਿ ਰਹੀ ਹੈ ਕਿ 5-5 ਲੱਖ ਰੁਪਈਏ ਦੇਵਾਂਗੇ ਜੀ ਸਰਸੰਮਤੀ ਜਿੱਥੇ ਹੋਏਗੀ। ਦੇਖੋ ਜੀ ਇਹਨੂੰ ਦੇ ਦੇਣ ਤਾਂ ਬੜੀ ਵਧੀਆ ਗੱਲ ਹੈ, ਸਰਕਾਰ ਦਾ ਬੜਾ ਧੰਨਵਾਦ ਹੈ। ਅਤੇ ਜੇ ਉਹ ਵਧੀਆ ਦੇ ਦਿੰਦੇ ਕਿ 5 ਅਸੀਂ ਪਿੰਡ ਵੱਲੋਂ ਇਕੱਠਾ ਕਰਕੇ ਅਤੇ 10 ਲੱਖ ਬੇਸ਼ੱਕ ਕਰ ਸਾਨੂੰ ਲਾ ਕੇ ਅਤੇ ਕੰਮ ਕਰਨਾ ਪਿਆ ਤਾਂ ਕਰਨ ਨੂੰ ਤਿਆਰ ਹਾਂ ਅਸੀਂ। ਠੀਕ ਹੈ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਤੁਹਾਡੇ ਪਿੰਡ ਦੇ ਵਿੱਚ ਸਰਸੰਮਤੀ ਨਾਲ ਚੋਣ ਹੋਈ ਹੈ ਸਰਪੰਚ ਸਾਹਿਬ ਦੇ ਮੈਂਬਰਾਂ ਦੀ? ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੋਈ ਸਾਨੂੰ ਕਿ ਸਾਡਾ ਪਿੰਡ ਇਕੱਠਾ ਹੋ ਕੇ ਇੱਕਜੁੱਟ ਹੋ ਕੇ ਅਤੇ ਸਾਰਿਆਂ ਨੇ ਬਾਪੂ ਸਮਰ ਸਿੰਘ ਜੀ ਨੂੰ ਸਰਪੰਚ ਸਾਹਿਬ ਬਣਾਏ ਆ। ਬਾਕੀ ਹੋਰ ਸਾਡੇ ਵੱਡੇ ਨੇ, ਤਾਇਆ ਜੀ ਨੇ ਸਾਬਕਾ ਸਰਪੰਚ, ਬਾਪੂ ਜੀ ਨੇ ਸਾਬਕਾ ਸਰਪੰਚ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਨੇ। ਅਤੇ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਸਾਰਾ ਪੂਰਾ ਪਿੰਡ ਇਕੱਠਾ ਹੋ ਕੇ ਵੀ ਜੇ ਸਾਡੇ ਵੱਲ ਵੇਖ ਕੇ ਹੋਰ 4 ਪਿੰਡਾਂ ਦੇ ਵਿੱਚ ਸਹਿਮਤੀ ਹੋਵੇ, ਕੱਲ੍ਹ ਨੂੰ ਕੋਈ ਵੱਡਾ ਵਿਕਾਸ ਏਰੀਏ ਦਾ 4 ਪਿੰਡ ਇਕੱਠੇ ਜਾ ਕੇ MLA ਕੋਲ ਜਾ ਕੇ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਆਹ 4 ਪਿੰਡਾਂ ਦੀ ਸਮੱਸਿਆ ਇਹ ਹੋ ਸਕਦੀ ਹੈ, ਸਾਰੇ ਇਕੱਠੇ ਹੋਵਾਂਗੇ। ਅਤੇ ਜੇ ਆਪਾਂ ਵੱਖਰੇ ਵੱਖਰੇ ਭੱਜੇ ਫਿਰਾਂਗੇ ਤਾਂ ਕੁਛ ਨਹੀਂ ਹੋਣਾ ਹੈਗਾ, ਹੈ ਨਾ। ਅਤੇ ਬਾਕੀ ਸਾਨੂੰ ਉੱਧਰੋਂ ਭਗਵੰਤ ਮਾਨ ਸਾਹਿਬ ਵੱਲੋਂ ਜਿੱਦਾਂ ਐਲਾਨ ਹੋਇਆ ਹੈਗਾ, ਖਾਲਸਾ ਜੀ ਵੀ ਆ ਗਏ, ਜਿੱਦਾਂ ਭਗਵੰਤ ਮਾਨ ਸਾਹਿਬ ਵੱਲੋਂ ਐਲਾਨ ਹੋਇਆ ਕਿ ਅਸੀਂ 5 ਲੱਖ ਰੁਪਈਆ ਇੱਕ ਪਿੰਡ ਨੂੰ ਸਹਿਮਤੀ ਵਾਲੇ ਨੂੰ ਦੇਵਾਂਗੇ, ਜਿੱਥੇ ਸਰਸੰਮਤੀ ਹੋਏਗੀ। ਹਾਂਜੀ, ਅਤੇ ਦੇ ਦੇਣਗੇ ਤਾਂ ਬੜੀ ਵਧੀਆ ਗੱਲ ਹੋਵੇ। ਉੱਦਾਂ ਤਾਂ ਸਾਨੂੰ ਉਹ ਜਿਹੜੇ ਪਿਛਲੇ ਸਾਡੇ ਮਰ ਗਏ ਨੇ ਨਾ, ਝੋਨਾ ਮਰ ਗਿਆ ਪਿਛਲੇ ਸਾਲ, ਮਰੀ ਕੁੱਕੜੀ ਦੇ ਵੀ ਪੈਸੇ ਕਹਿੰਦੇ ਦੇਵਾਂਗੇ, ਉਹ ਦਿੱਤਾ ਤਾਂ ਯਾਰ ਕੱਖ ਵੀ ਨਹੀਂ। ਇਹ ਬੜੀ ਮਿਹਰਬਾਨੀ ਹੈ, ਅਸੀਂ ਬੜੀ ਮਿਹਨਤ ਕਰਕੇ ਪਿੰਡ ਵਿੱਚ ਸਹਿਮਤੀ ਕੀਤੀ, ਸਾਨੂੰ 5 ਲੱਖ ਰੁਪਈਆ ਭਗਵੰਤ ਮਾਨ ਸਾਹਿਬ ਜ਼ਰੂਰ ਦਿਓਗੇ। ਬਾਕੀ ਆਹੋ ਗਰਾਊਂਡ ਵੀ ਜੋ ਵੀ ਸਾਡੇ ਪਿੰਡ ਦੇ ਹੈਗੇ ਨੇ, ਬਾਕੀ ਬਾਪੂ ਜੀ ਹੁਣ ਅੱਗੇ ਲੱਗੇ ਨੇ, ਸਾਰੇ ਜਾਣੇ ਆਪਾਂ ਲੱਗੇ ਹਾਂ। ਅਤੇ ਜੇ ਚਲੋ ਕੁੱਕੜੀਆਂ ਕੱਕੜੀਆਂ ਤਾਂ ਛੱਡੋ, ਤਾਂ ਗਈਆਂ ਹੁਣ, ਅਤੇ ਆਹ ਜਿਹੜੇ 5 ਲੱਖ ਹੈ ਨਾ, ਇਹ ਦੇ ਦਿਓ, ਵੀ ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵਿੰਦਰ ਸਿੰਘ, ਸਾਬਕਾ ਸੈਕਟਰੀ ਪਿੰਡ ਰਾਵਾਂ। ਸਾਡੇ ਪਿੰਡ 'ਚ ਬਹੁਤ ਹੀ ਵਧੀਆ ਉਪਰਾਲਾ ਹੋਇਆ ਜੀ। ਪਹਿਲੀ ਵਾਰੀ ਇਹ ਜੋ ਸਰਸੰਮਤੀ ਵਾਲਾ ਸਾਡੀ ਵਾਸ਼ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਪਹਿਲੀ ਵਾਰੀ ਹੋਇਆ। ਬਾਕੀ ਇਹ ਜੋ ਪਰਿਵਾਰ ਦਾ ਜਿਹੜਾ ਸਹਿਯੋਗ ਸੀ, ਇਹ ਵੀ ਪਹਿਲਾਂ ਸੈਕਟਰੀ ਸਾਹਿਬ ਰਹੇ ਨੇ ਸਰਦਾਰ ਸਵਰਨ ਸਿੰਘ ਜੀ, ਜੋ ਹੁਣ ਸਰਪੰਚ ਸਾਹਿਬ ਚੁਣੇ ਗਏ ਨੇ। ਵਧੀਆ ਆਪਣੇ ਸਮੇਂ ਦੇ ਦੌਰਾਨ ਕੰਮ ਕੀਤਾ, ਬੱਚੇ ਇਹਨਾਂ ਦੇ ਵਿਦੇਸ਼ 'ਚ ਨੇ,
ਸਾਡੇ ਪਿੰਡ 'ਚ NRI ਕਲੱਬ ਬਣੀ ਹੋਈ ਹੈ, ਜਿਨ੍ਹਾਂ ਦਾ ਸਹਿਯੋਗ ਨਾਲ ਪਿੰਡ 'ਚ ਪਹਿਲਾਂ ਵੀ ਕਾਫੀ ਯੋਗਦਾਨ ਰਿਹਾ NRI ਭਰਾਵਾਂ ਦਾ, ਅਤੇ ਜ਼ਿਆਦਾਤਰ ਸਹਿਯੋਗ ਹੈ ਸਾਡੇ ਪਿੰਡ ਦਾ। ਸਾਡੇ ਪਿੰਡ ਦਾ ਜਿਹੜਾ ਸਹਿਯੋਗ ਸੀ ਉਹ ਸਾਰਾ ਕੰਮ, ਕਿਉਂਕਿ ਬਾਹਰੋਂ ਪੈਸੇ ਭੇਜ ਸਕਦੇ ਆ ਬੱਚੇ, ਅਤੇ ਜੋ ਕੰਮ ਕਰਵਾਉਣਾ ਉਹ ਪਿੰਡ ਵਾਲਿਆਂ ਕਰਵਾਉਣਾ, ਪਿੰਡ ਵਾਲਿਆਂ ਨੇ ਬਹੁਤ ਵਧੀਆ ਜਿਸ ਤਰ੍ਹਾਂ ਜੀ ਹਰ ਘਰ ਦੇ ਵਿੱਚੋਂ ਦੋ ਦੋ ਮੈਂਬਰ, ਇੱਕ ਇੱਕ ਮੈਂਬਰ NRI ਹੈ, ਪਰ ਸਾਡੇ ਵਰਗੇ ਇਹ ਸਾਡੇ ਸਾਰੇ ਮੇਰੇ ਸਤਿਕਾਰਯੋਗ ਦਾਦਿਆਂ ਦੇ ਅਤੇ ਫਾਦਰ ਸਾਹਿਬ ਦੇ ਹੈ ਨੇ ਉਮਰ ਦੇ। ਮੈਰੀ ਤਾਂ ਬਹੁਤ ਘੱਟ ਸਮਾਂ, ਮੈਨੂੰ ਵੀ 10 ਸਾਲ ਸੈਕਟਰੀ ਦਾ ਇਹਨਾਂ ਦੀ ਜੋ ਆਸ਼ੀਰਵਾਦ ਸਦਕਾ ਮੌਕਾ ਮਿਲਿਆ, ਪਰ ਇਹਨਾਂ ਨੇ ਜੋ ਕੰਮ ਕਰਵਾਏ ਨੇ ਬਹੁਤ ਆਲੇ ਦਰਜੇ ਦੇ ਕਰਵਾਏ ਨੇ, ਚਾਹੇ ਉਹ ਪਿੰਡ ਦੇ ਵਿੱਚ ਪਾਰਕ ਦਾ ਕੰਮ ਹੋਇਆ, ਪਿੰਡ 'ਚ ਸ਼ਮਸ਼ਾਨ ਘਾਟ ਬਹੁਤ ਆਲੇ ਦਰਜੇ ਦਾ ਬਣਿਆ, ਬੇਸ਼ੱਕ ਅਸੀਂ ਵੀ ਮਹੀਨੇ ਖੰਡ ਵਾਸਤੇ ਆ ਕੇ ਸਹਿਯੋਗ ਕੀਤਾ, ਪਰ ਜਿਹੜਾ ਜ਼ਿਆਦਾਤਰ ਸਹਿਯੋਗ ਹੋਇਆ ਉਹ ਸਰਪੰਚ ਸਾਹਿਬ, ਖਾਸ ਕਰਕੇ ਸੈਕਟਰੀ ਸਾਹਿਬ, ਨਵੇਂ ਸਰਪੰਚ ਸਾਹਿਬ, ਜਦੋਂ ਵੀ ਸਾਨੂੰ ਜ਼ਰੂਰਤ ਪਈ ਸਾਨੂੰ ਪਿੰਡ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਿਆ। ਪਹਿਲਾਂ ਵੀ ਇਹ ਕੰਮ ਹੋਏ ਨੇ, ਆਉਣ ਵਾਲੇ ਸਮੇਂ 'ਚ ਅਸੀਂ ਹੋਰ ਬਾਹਰੋਂ ਵੀ ਅਤੇ ਇੱਥੋਂ ਵੀ ਵੱਧ ਚੜ੍ਹ ਕੇ ਸਰਪੰਚ ਸਾਹਿਬ ਦਾ ਸਹਿਯੋਗ ਕਰਾਂਗੇ, ਸਮੂਹ ਸਾਰੇ ਮੈਂਬਰ ਪੰਚਾਇਤ ਦਾ। ਅਤੇ ਧੰਨਵਾਦ ਆ ਆਪਾਂ ਸਾਬਕਾ ਸਰਪੰਚ ਸਾਹਿਬ, ਸਾਡੇ ਚਾਚਾ ਜੀ ਪ੍ਰਧਾਨ ਸਾਹਿਬ ਵੀ ਹੈ, ਔਰ ਸਾਬਕਾ ਜੋ ਸਰਪੰਚ ਸਾਹਿਬ ਸਰਦਾਰ ਅਮਰੀਕ ਸਿੰਘ ਜੀ, ਇਹਨਾਂ ਵੀ ਆਪਣੇ ਸਮੇਂ ਦੇ ਦੌਰਾਨ ਬਹੁਤ ਵਧੀਆ ਕੰਮ ਕੀਤਾ, ਪਿੰਡ 'ਚ ਇੱਕ ਬੰਨ ਕੇ ਰੱਖਿਆ ਸਾਨੂੰ ਸਾਰਿਆਂ ਨੂੰ ਕਾਫੀ ਕੰਮ। ਹਾਂਜੀ, ਔਰ ਚਾਹੇ NRI ਇਹਨਾਂ ਇੱਕ ਗਰੁੱਪ ਦੇ ਤੌਰ 'ਤੇ ਕਾਲ ਵੀ ਕੀਤੀ ਸਾਡੇ, ਉਹ ਜੋ ਸਮੱਸਿਆਵਾਂ ਪਿੰਡ ਦੀਆਂ ਆਉਣ ਵਾਲੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤਾਂ ਹੀ ਇੱਥੇ ਤੱਕ ਆਪਾਂ ਵਿਕਾਸ ਹੋਇਆ। ਇਸ ਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਕੀਤੀ ਗਈ ਵੀ ਜੇ ਆਪਾਂ ਪਹਿਲਾਂ ਰਲ ਕੇ ਕੰਮ ਨੇਪਰੇ ਚੜ੍ਹੇ ਨੇ ਤਾਂ ਆਉਣ ਵਾਲੇ ਸਮੇਂ 'ਚ ਕੋਈ ਸਰਕਾਰ ਵੱਲੋਂ ਸਹਿਯੋਗ ਹੋਏਗਾ, ਕੁਛ ਪਿੰਡ ਵੱਲੋਂ ਹੋਏਗਾ, ਬਾਕੀ NRI ਅਤੇ ਬੱਚੇ ਸਾਰੇ ਇਹਨਾਂ ਦੇ ਆਪਾਂ ਸਾਰੇ ਬੱਚੇ ਹੀ ਹਾਂ, ਬਾਹਰੋਂ ਜੋ ਵੀ ਸਾਨੂੰ ਹੁਕਮ ਹੋਇਆ ਆਪੇ ਸਾਰੇ ਕਰਾਂਗੇ। ਅਤੇ ਸਾਰਿਆਂ ਦਾ ਧੰਨਵਾਦ, ਮੀਡੀਆ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਮੇਰੇ ਸਾਰੇ ਜੋ ਪਿੰਡ ਦੇ, ਕਿਉਂਕਿ ਮੈਂਬਰ ਸਰਪੰਚ ਇਹਨਾਂ ਨੂੰ ਆਪਾਂ ਅੱਗੇ ਕੀਤੇ ਨੇ, ਥੋੜ੍ਹਾ ਕੰਮ ਕਰਨ, ਪਰ ਸਹਿਯੋਗ ਤਾਂ ਸਾਰਾ ਪਿੰਡ ਦਾ ਹੋਣਾ। ਸੋ ਸਾਰਿਆਂ ਦਾ ਧੰਨਵਾਦ, ਆਸ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਇਸ ਤੋਂ ਵੱਧ ਕੇ ਵੱਧ ਚੜ੍ਹ ਕੇ ਸਾਨੂੰ ਇਹ ਸਹਿਯੋਗ ਇਹਨਾਂ ਨੂੰ ਆਪਾਂ ਕਰਾਂਗੇ ਅਤੇ ਵੱਧ ਚੜ੍ਹ ਕੇ ਪਿੰਡ ਦਾ ਵਿਕਾਸ ਹੋਏਗਾ। ਧੰਨਵਾਦ ਜੀ। ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਸਰਪੰਚੀ ਨਾਲ ਸਰਪੰਚ ਸਾਹਿਬ ਦੀ ਜਿਹੜੀ ਚੋਣ ਹੋਈ ਹੈ, ਮੈਂਬਰਾਂ ਦੀ ਚੋਣ ਹੋ ਗਈ ਹੈ, ਕਿੱਦਾਂ ਦਾ ਲੱਗ ਰਿਹਾ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਜੀ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਹੋਇਆ ਆ ਜਿਹੜਾ ਸਾਡੇ ਪਿੰਡ 'ਚ ਇਸ ਤਰ੍ਹਾਂ ਸਰਬਸੰਮਤੀ ਨਾਲ ਬਣੀ ਆ, ਸਰਪੰਚ ਪੰਚ ਬਣੇ ਆ, ਬਹੁਤ ਵਧੀਆ ਸਾਰੇ ਪਿੰਡ ਰਾਵਾਂ ਪਿੰਡ ਵਾਲਿਆਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਪਿੰਡ ਵਾਲਿਆਂ ਦੇ ਵਿੱਚ ਵੀ ਜਿਹੜਾ ਖੁਸ਼ੀ ਦਾ ਮਾਹੌਲ ਜਿਹੜਾ ਪਾਇਆ ਜਾ ਰਿਹਾ? ਹਾਂਜੀ ਹਾਂਜੀ, ਬਹੁਤ ਖੁਸ਼ ਆ ਜੀ, ਸਾਰਾ ਪਿੰਡ ਹੀ ਬਹੁਤ ਖੁਸ਼ ਆ, ਸਾਰੇ ਬਹੁਤ ਹੀ। ਤੇ ਕਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਪਿੰਡ ਦੇ ਵਿੱਚ? ਹਾਂਜੀ ਜ਼ਰੂਰ ਹੋਣਗੇ ਜੀ, ਜੋ ਸੰਗਤਾਂ ਕਹਿਣਗੀਆਂ ਪਿੰਡ ਵਾਲੇ ਜਿਸ ਤਰ੍ਹਾਂ ਕਹਿਣਗੇ ਉਸੇ ਤਰ੍ਹਾਂ ਕਰਾਂਗੇ। ਸਰਪੰਚ ਸਾਹਿਬ ਦਾ ਕਹਿਣਾ ਕਹਿੰਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਅਸੀਂ ਛੱਪੜ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਕਰਨ ਜਾ ਰਹੇ ਹਾਂ। ਜ਼ਰੂਰ ਬਣੇਗਾ ਜੀ, ਸਾਰੀਆਂ ਸੰਗਤਾਂ ਨਾਲ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਬਣੇਗਾ। ਇੱਦਾਂ ਦੀਆਂ ਸਰਸਮਤੀਆਂ ਪਿੰਡ ਪਿੰਡ 'ਚ ਹੋਣੀ ਚਾਹੀਦੀ? ਜ਼ਰੂਰ ਹਾਂਜੀ ਹਾਂਜੀ, ਬਿਲਕੁਲ ਹੋਣੀਆਂ ਚਾਹੀਦੀਆਂ ਜੀ, ਬਹੁਤ ਵਧੀਆ ਹੋਇਆ। ਹਾਂਜੀ ਸਰਦਾਰ ਸਾਹਿਬ, ਆਪਣਾ ਸ਼ੁਭ ਨਾਮ ਦੱਸੋ ਪਹਿਲਾਂ। ਮੇਰਾ ਨਾਮ ਹੈ ਸਰਦਾਰ ਸਵਰਨ ਸਿੰਘ। ਅੱਛਾ ਸਵਰਨ ਸਿੰਘ ਜੀ, ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਸਰਸਮਤੀ ਦੇ ਨਾਲ ਤੁਹਾਡੀ ਚੋਣ ਹੋਈ, ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਖਾਸ ਕਰਕੇ? ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਰੇ ਨਗਰ ਨਿਵਾਸੀਆਂ ਨੂੰ ਵੀ ਸਾਰੇ ਪਿੰਡਾਂ ਵਿੱਚ ਇੱਦਾਂ ਹੀ ਹੋਣੀ ਚਾਹੀਦੀ ਹੈ, ਇਹ ਬਹੁਤ ਇੰਨਾ ਪਿਆਰ ਅਤੇ ਮੁਹੱਬਤ ਵੱਧਦੀ ਬੰਦੇ ਨੂੰ, ਕੋਈ ਵੀ ਪਿਛਲੇ ਗਿੱਲੇ ਸ਼ੁਕਵੇ ਹੁੰਦੇ ਨੇ ਸਾਰੇ ਸੰਗਤ ਦੇ ਉਹ ਦੂਰ ਹੋ ਜਾਂਦੇ ਨੇ, ਅਤੇ ਸਾਰਿਆਂ ਪਿੰਡਾਂ 'ਚ ਮੈਂ ਹਰ ਇੱਕ ਪਿੰਡ ਨੂੰ ਕਹਿੰਦਾ ਵੀ ਇੱਦਾਂ ਹੀ ਹੋਣੀ ਚਾਹੀਦੀ ਹੈ। ਅਤੇ ਸਾਡੇ ਪਿੰਡ ਦਾ ਜੀ ਪਹਿਲੀ ਵਾਰੀ ਇਹ ਰਿਕਾਰਡ ਟੁੱਟਾ ਵੀ ਪਹਿਲਾਂ ਇੱਦਾਂ ਨਹੀਂ ਹੁੰਦੀ, ਅੱਜ ਕਿ ਪਹਿਲੀ ਵਾਰੀ ਹੋਈ ਹੈ ਜਦੋਂ ਆਪਾਂ, ਮੈਂ ਸਰਪੰਚ ਮੈਨੂੰ ਬਣਾਇਆ ਇਹਨਾਂ ਨੇ, ਅਤੇ ਇਹ ਪਹਿਲੀ ਵਾਰੀ ਇਹ ਜਿਹੜੀ ਇਹ ਸਰਸਮਤੀ ਸਾਡੇ ਪਿੰਡ 'ਚ ਹੋਈ ਹੈ, ਅਤੇ ਮੈਂ ਬਹੁਤ ਬਹੁਤ ਪਿੰਡ ਦਾ ਧੰਨਵਾਦ ਕਰਦਾ ਹਾਂ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਫਤਵਾ ਦਿੱਤਾ, ਅਤੇ ਵਾਹਿਗੁਰੂ ਇਹ ਚੜ੍ਹਦੀ ਕਲਾ 'ਚ ਹੀ ਰੱਖੇਗਾ, ਜਿਵੇਂ ਵੀ ਸੰਗਤ ਨੇ ਸਾਡੇ ਸਾਥ ਦਿੱਤਾ ਇਤਨੇ ਹੀ ਅੱਗੋਂ ਮੈਨੂੰ ਸਾਥ ਦਿੰਦੀ ਰਹੀ, ਅਤੇ ਆਪਾਂ ਪਿੰਡ ਨੂੰ ਇੱਕ ਆਲੇ ਦਰਜੇ ਦੇ ਉੱਤੇ ਲੈ ਕੇ ਜਾਵਾਂਗੇ।